ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦਿਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਰੱਖੜੀ ਤੇ ਔਰਤਾਂ ਨੂੰ ਸੀਐਮ ਸੈਣੀ ਨੇ ਦਿੱਤਾ ਵੱਡਾ ਤੋਹਫਾ ਮਿਲਣਗੇ ਈਨੇ ਹਜ਼ਾਰ ਰੁਪਏ ਸੀਐਮ ਦਾ ਵੱਡਾ ਐਲਾਨ ਤਾਂ ਦੋਸਤੋ ਰક્ષા ਬੰਧਨ ਦੇ ਮੌਕੇ ਤੇ ਹਰਿਆਣਾਂ ਦੇ ਅੰਗਣਵਾੜੀ ਵਰਕਰਾਂ ਦੇ ਲਈ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਹਰਿਆਣਾ ਸਰਕਾਰ ਨੇ ਭੈਣ ਭਰਾ ਦੇ ਇਸ ਪਵਿੱਤਰ ਰਸਤੇ ਦੇ ਮੌਕੇ ਤੇ ਅੰਗਣਵਾੜੀ ਵਰਕਰਾਂ ਨੂੰ 19 ਅਗਸਤ ਨੂੰ 1111 ਰੁਪਏ ਦੀ ਸ਼ਗਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਦੇ ਮਹਿਲਾ ਤੇ ਬਾਲ ਵਿਕਾਸ ਪਲਾਈ ਵਿਭਾਗ ਦੇ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਣਕਾਰ ਦੇ ਅਨੁਸਾਰ ਇਹ ਰਾਸ਼ੀ ਜ਼ਿਲ੍ਹਾ ਜੁਇਨਾ ਦਫ਼ਤਰ ਦੇ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਹਰਿਆਣਾ ਦੇ ਮੌਕਮਾਂਤਰੀ ਨਾਇਬ ਸੈਣੀ ਨੇ ਕਹਿ ਕੇ ਹੁਣ ਤੱਕ ਆਂਗਣਵਾੜੀ ਦੇ ਨਾ ਜੋ ਅਸਾਮੀਆਂ ਖਾਲੀ ਪਈਆਂ ਹਨ ਤੇ ਉਹਨਾਂ ਨੂੰ ਵੀ ਜਲਦੀ ਭਰਿਆ ਜਾਵੇਗਾ ਤੇ ਆਂਗਣਵਾੜੀ ਸਹਾਇਕ ਦੇ ਤਰੱਕੀ 25% ਤੋਂ ਵਧਾ ਕੇ 50% ਕੀਤੀ ਆਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਕਹਿ ਕੇ ਆਂਗਣਵਾੜੀ ਵਰਕਰਾਂ ਨੂੰ 2022 2023 ਤੱਕ ਦੇ ਬਕਾਇਆ ਪੱਤੇ ਜਲਦੀ ਦਿੱਤੇ ਜਾਣਗੇ ਤੇ ਆਂਗਣਵਾੜੀ ਸੈਂਟਰ ਦੇ ਵਿੱਚ ਆ ਸਾਰੀਆਂ ਸਹੂਲਤਾਂ ਲੋੜੀਂਦੀਆਂ ਸੇਵਾਵਾਂ ਮਹੱਇਆ ਕਰਵਾਈਆਂ ਜਾਣਗੀਆਂ ਹਰਿਆਣਾ ਸਰਕਾਰ ਨੇ ਰਕੜੀ ਦੇ ਮੌਕੇ ਤੇ ਪੈਣਾ ਦੇ ਲਈ ਇੱਕ ਹੋਰ ਵੱਡੀ ਸਹੂਲਤ ਦਿੱਤੀ ਹੈ ਜਿਸ ਦੇ ਵਿੱਚ ਸਾਰੀਆਂ ਪੈਣਾ 18 ਤੇ 19 ਅਗਸਤ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰ ਸਕਣਗੀਆਂ। ਪੈਣਾ 18 ਅਗਸਤ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 19 ਅਗਸਤ ਦੇ ਦਰਮਿਆਨ ਰਾਤ 12 ਵਜੇ ਤੱਕ ਇਸ ਸਹੂਲਤ ਦਾ ਲਾਭ ਲੈ ਸਕਣਗੀਆਂ। ਔਰਤਾਂ ਤੋਂ ਇਲਾਵਾ 15 ਸਾਲ ਤੱਕ ਦੇ ਬੱਚੇ ਵੀ ਇਸ ਮੌਕੇ ਦਾ ਲਾਭ ਲੈ ਸਕਦੇ ਹਨ। ਦੇਖਦਿਆਂ ਅਮੀਦਦਾਨ ਵੱਡਾ ਝਟਕਾ ਬਨੇਸ਼ ਔਫ ਔਗਾਟ ਨੂੰ ਨਹੀਂ ਮਿਲੇਗਾ ਸਿਲਬਰ ਮੈਡਲ ਸੀਏਐਸ ਨੇ ਅਪੀਲ ਕੀਤੀ ਖਾਰਜ ਤਾਂ ਦੋਸਤੋ ਬਨੇਸ਼ ਔਫ ਔਗਾਟ ਮਾਮਲੇ ਤੇ ਸੀਏਐਸ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ ਪੈਰਿਸ 올림픽 ਦੇ ਵਿੱਚ ਆਯੋਗਾਕਰਾਰ ਦਿੱਤੇ ਜਾਣ ਤੋਂ ਬਾਅਦ ਬਨੇਸ਼ ਨੇ ਚਾਂਦੀ ਦਾ ਤਗਮਾ ਦੇਣ ਨੂੰ ਲੈ ਕੇ ਇੰਟਰਨੈਸ਼ਨਲ ਕਾਉਂਸਲ ਆਫ ਆਰਬਿਟਰੇਸ਼ਨ ਔਫ ਸਪੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ ਜਿਸ ਤੇ ਹੁਣ ਫੈਸਲਾ ਆ ਚੁੱਕਿਆ ਹੈ ਦਰਾਸਲਾ ਸੀਏਐਸਾ ਨੇ ਬਨੇਸ਼ ਅਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਇਸ ਦੇ ਨਾਲ ਭਾਰਤੀ ਮਹਿਲਾ ਪਹਿਲਵਾਨ ਦਾ 올림픽 ਤਗਮਾ ਜਤਨ ਦਾ ਸੁਪਨਾ ਚੱਕਣਾ ਚੂਰ ਹੋ ਗਿਆ ਭਾਰਤੀ ਮਹਿਲਾ ਪਹਿਲਵਾਨ ਬਨੇਸ਼ ਪਗਾਟ ਨੂੰ ਪੈਰਿਸ 올림픽 2024 ਦੇ ਲਈ 50 ਕਿਲੋਗ੍ਰਾਮ ਫ੍ਰੀ ਸਟਾਈਲ 골ਡ ਮੈਡਲ ਮੈਚ ਦੇ ਲਈ 100 ਗ੍ਰਾਮ ਜ਼ਿਆਦਾ ਵਜ਼ਨ ਹੋਣ ਦੇ ਕਾਰਨ ਅਯੋਗ ਐਲਾਨ ਦਿੱਤਾ ਗਿਆ ਸੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਉਹਨਾਂ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਪੂਰੇ ਦੇਸ਼ ਭਰ ਦੇ ਵਿੱਚ ਕੀ ਹੋਵੇਗਾ ਸੋਨੇ ਦਾ ਐਕਿਊਰੇਟ ਜਲਦ ਹੁਣ ਵਾਲਾ ਵੱਡਾ ਬਦਲਾ ਦੇਖਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੋਨੇ ਚਾਂਦੀ ਦੀ ਕੀਮਤ ਵੀ ਵੱਖ-ਵੱਖ ਹੈ ਹਰ ਰਾਜ ਦੇ ਵੱਖ-ਵੱਖ ਟੈਕਸਾਂ ਤੋਂ ਇਲਾਵਾ ਸੋਨੇ ਚਾਂਦੀ ਦੇ ਰੇਟ ਵਿੱਚ ਆ ਔਰ ਵੀ ਕਈ ਚੀਜ਼ਾਂ ਜੋੜੀਆਂ ਜਾਂਦੀਆਂ ਤਿਸ ਕਾਰਨ ਰਾਜਾਂ ਦੇ ਵਿੱਚ ਸੋਨੇ ਦੇ ਨਾ ਕੀਮਤਾਂ ਦੇ ਵਿੱਚ ਵੀ ਅੰਤਰ ਹੈ ਹੁਣ ਦੇਸ਼ ਭਰ ਦੇ ਵਿੱਚ ਇੱਕ ਵੱਡਾ ਬਦਲਾ ਆਉਣ ਵਾਲਾ ਹੈ ਰਤਨਾ ਤੇ ਦੇਣਾ ਕਾਉਂਸਲਾ ਬਨ ਨੇਸ਼ਨਲ ਬਨ ਰੇਟ ਨੀਤੀ ਨੂੰ ਲਾਗੂ ਕਰਨ ਦੇ ਲਈ ਤਿਆਰ ਹੈ ਪੂਰੇ ਦੇਸ਼ ਭਰ ਦੇ ਵਿੱਚ ਸੋਨੇ ਦਾ ਇੱਕ ਰੇਟ ਆ ਇਸ ਤੋਂ ਬਾਅਦ ਜੇਕਰ ਤੁਸੀਂ ਦੇਸ਼ ਵਿੱਚ ਕਿਤੇ ਵੀ ਸੋਨਾ ਖਰੀਦੋ ਤਾਂ ਤੁਹਾਨੂੰ ਉਹੀ ਰੇਟ ਮਿਲੇਗਾ ਅਜਿਹਾ ਹੁਣ ਤੇ ਆਮ ਲੋਕਾਂ ਨੂੰ ਉਹਨਾਂ ਦੇ ਸ਼ਹਿਰ ਦੇ ਵਿੱਚ ਉਸੇ ਕੀਮਤ ਤੇ ਸੋਨਾ ਮਿਲੇਗਾ ਦਰਸਲਾ ਦੇਸ਼ ਭਰ ਦੇ ਵਿੱਚ ਬਨ ਨੇਸ਼ਨਾਂ ਬਨ ਰੇਟ ਨੂੰ ਅਪਣਾਉਣ ਦੀਆਂ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਨ ਹੁਣ ਦੇਸ਼ ਭਰ ਦੇ ਜ਼ੋਹਰੀ ਐਸਾ ਨੀਤੀ ਨੂੰ ਲਾਗੂ ਕਰਨ ਦੇ ਲਈ ਤਿਆਰ ਹੰਤੇ ਉਮੀਦਾਂ ਕੀਤੀ ਜਾ ਰਹੀ ਹੈ ਕਿ ਇਸ ਦਾ ਅਧਿਕਾਰਤ ਐਲਾਨ ਅਗਲੇ ਮਹੀਨੇ ਯਾਨੀ ਕਿ ਸਤੰਬਰ ਦੇ ਵਿੱਚ ਹੀ ਕਰ ਦਿੱਤਾ ਜਾਵੇਗਾ ਆਜ਼ਾਦੀ ਦਿਹਾੜੇ ਮੌਕੇ ਸੀਐਮ ਮਾਨ ਦਾ ਵੱਡਾ ਐਲਾਨ ਪੰਜਾਬ ਪੁਲਤ ਦੇ ਵਿੱਚ ਆ ਕੀਤੀਆਂ ਜਾਣਗੀਆਂ 10000 ਭਰਤੀਆਂ ਸਾਂਸਤੋ ਕਾਲਾ ਜਲੰਧਰ ਦੇ ਵਿਚ ਆ ਵੀਰ ਬਾ ਨੂੰ 78ਵੇਂ ਆਜ਼ਾਦੀ ਦਿਵਸ ਮੌਕੇ ਸਵੇਰ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਸੀਐਮਾ ਭਗਵਾਨਤਮਾਨ ਨੇ ਝੰਡਾ ਲਹਿਰਾते ਉਹਨਾਂ ਨੇ ਕਹਿ ਕੇ ਦੇਸ਼ ਨੂੰ ਆਜ਼ਾਦ ਹੋਇਆ 78 ਸਾਲ ਹੋ ਚੁੱਕੇ ਹਨ ਤੇ ਆਜ਼ਾਦੀ ਪੰਜਾਬੀਆਂ ਦੇ ਲਈ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਆਜ਼ਾਦੀ ਦੇ ਲਈ 80% ਦੀਆਂ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਆਜ਼ਾਦੀ ਮੈਣ ਦੇ ਨਾਲ ਹੀ ਪੰਜਾਬ ਨੇ ਵੰਡ ਦਾ ਦੁੱਖ ਵੀ ਝੱਲਿਆ ਹੈ ਸਾਨੂੰ ਆਜ਼ਾਦੀ ਬਹੁਤ ਮਹਿੰਗੀ ਮਿਲੀ ਆ ਪਰ ਦੇਸ਼ ਦੀ ਤਰੱਕੀ ਦੇ ਵਿੱਚ ਪੰਜਾਬੀਆਂ ਨੇ ਜੋ ਯੋਗਦਾਨ ਦਿੱਤਾ ਤੇ ਉਹ ਬੇਮਿਸਾਲ ਹੈ। ਉਹਨਾਂ ਨੇ ਕਹਿ ਕੇ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਅਨਾਜ ਸੰਕਟ ਸੀ ਅਮਰੀਕਾ ਵਰਗੇ ਦੇਸ਼ਾਂ ਤੋਂ ਅਨਾਜ ਮੰਗਵਾਉਣਾ ਪੈਂਦਾ ਸੀ ਪਰ ਫਿਰ ਹਰੀ ਕ੍ਰਾਂਤੀ ਆਈ ਆ ਪੰਜਾਬ ਨੇ ਇਸ ਵਿੱਚ ਪੂਰਾ ਸਹਿਯੋਗ ਦਿੱਤਾ ਦੇਖਦੇ ਅਨਾਜ ਦਾ ਭੰਡਾਰ ਭਰ ਦਿੱਤੇ ਪਰ ਇਹ ਕ੍ਰਾਂਤੀ ਬਹੁਤ ਮਹਿੰਗੀ ਪਈ ਆ ਸਾਡਾ ਧਰਤੀ ਹੇਟਲਾ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਤੇ ਹੁਣ ਸਾਨੂੰ ਪਾਣੀ ਬਚਾਉਣ ਦੇ ਲਈ ਲਹਿਰ ਚਲਾਉਣੀ ਪਵੇਗੀ ਮੁੱਖ ਮੰਤਰੀ ਨੇ ਕਹਿ ਕੇ ਦੇਸ਼ ਨੂੰ ਆਜ਼ਾਦ ਹੋਇਆ 78 ਸਾਲ ਹੋ ਗਏ ਹਨ ਪਰ ਪ੍ਰਾਣੀਆਂ ਛੜਕਾਂ ਸੀਵਰੇਜ ਅਤੇ ਕੂੜੇ ਦੇ ਢੇਰਾਂ ਦੀ ਸਮੱਸਿਆ ਹਜੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ ਇਸ ਦੇ ਲਈ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਹੋਵੇਗਾ ਆਜ਼ਾਦੀ ਤੋਂ ਬਾਅਦ ਮਾਲਵਾ ਨਹਿਰ ਬਣਾਈ ਜਾ ਰਹੀ ਹੈ ਤੇ ਹਦੇ ਨਾਲ ਹੀ ਧਾਰਕਲਾਂ ਨੇ ਬੈਚ 206 ਮੀਗਾਵਾਟ ਦਾ ਨਮਾ ਡੈਮ ਵੀ ਬਣਾਇਆ ਜਾ ਰਿਹਾ ਹੈ ਤੇ ਹਦੇ ਨਾਲ ਬਿਜਲੀ ਦੀ ਸਮੱਸਿਆ ਜਿਹੜੀ ਹੱਲ ਹੋ ਜਾਵੇਗੀ ਉਸ ਤੋਂ ਅੱਗੇ ਮੁੱਖ ਮੰਤਰੀ ਮਾਨਨੀ ਕਹੇ ਕਿ 28 ਸਤੰਬਰ ਨੂੰ ਸ਼ਹੀਦ ਆ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਮਹਾਲੀ ਦੇ ਵਿੱਚ 35 ਫੁੱਟ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ ਇਸ ਤੋਂ ਇਲਾਵਾ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਆ ਕਰਤਾਰ ਸਿੰਘ ਦੇ ਨਾਂ ਤੇ ਰੱਖਣ ਦਾ ਪ੍ਰਸਤਾਵ ਵੀ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ ਅਸੀਂ ਸ਼ਹੀਦਾਂ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਚੰਗੇ ਸਿੱਖਿਆ ਦਿੱਤੇ ਜਾ ਰਿਹਾ ਸਕੂਲ ਆਫ ਐਮੀਨੈਂਸਾ ਖੁੱਲੇ ਜਾ ਰਹੇ ਨੇ ਤੇ ਉੱਥੇ ਹੀ 829 ਮਹਲਾਕਲਿਨ ਕਾ ਖੋਲੇ ਗਏ ਹੰਤੇ 2 ਕਰੋੜ ਤੋਂ ਵੱਧ ਦਾ ਲੋਕਾਂ ਕਾ ਇਹਨਾਂ ਦਾ ਲਾਭ ਲੈ ਚੁੱਕੇ ਹੰਤੇ ਉਹਦੇ ਨਾਲ ਹੀ ਸਰਕਾਰ ਨੇ ਤੁਹਾਡੇ ਘਰ ਦੇ ਵਿੱਚ ਇੱਕ ਮੁਹਿੰਮਾ ਸ਼ੁਰੂ ਕੀਤੀ ਆ ਹੁਣ ਅਧਿਕਾਰੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹੰਤੇ ਇਹ ਸਾਡੇ ਸਰਕਾਰ ਦੇ ਵੱਡੇ ਪੈੜ ਕਰਮੀਆਂ ਮੱਖ ਮੰਤਰੀ ਨੇ ਕਿਹਾ ਹੈ ਕਿ ਨਾਸ਼ਿਆਂ ਦੇ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਬਣਾਈ ਗਈ ਆ 14000 ਤੋਂ ਵੱਧ ਦਾ ਐਫਆਈਆਰ ਦਰਜ ਕੀਤੀਆਂ ਗਈਆਂ ਤੇ 14394 ਨਸ਼ਾ ਤਸਕਰਾਂ ਫੜੇ ਗਏ ਅਤੇ ਨਸ਼ਾ ਤਸਕਰਾਂ ਦੀ 173 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਗਿਆ ਉੱਥੇ ਸੀਆਮਾਨ ਨੇ ਕਿਹਾ ਹੈ ਕਿ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਦੇ ਵਿੱਚ ਲੱਗੂ ਆ ਪੜ੍ਹਾਈ ਸਕੀਮਾਂ ਜਲਦੀ ਸ਼ੁਰੂ ਕੀਤੀਆਂ ਜਾਣਗੀਆਂ ਪੰਜਾਬ ਪੁਲਿਸ ਦੇ ਵਿੱਚ 10000 ਅਸਾਮੀਆਂ ਤੇ ਭਰਤੀ ਹੋਗੇ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ 125000 ਤੱਕ ਲਿਆਂਦੀ ਕੋਸ਼ਿਸ਼ ਹੈ ਕਿਉਂਕਿ 2001 ਦੇ ਵਿੱਚ ਵੀ ਵਲਾ ਸਮਲਾਈ ਮੰਡੀ ਗੈਂਤੀ 80000 ਦੇ ਕਰੀਬ ਸੀ ਜੋ ਕਿ ਹਜੇ ਵੀ 80000 ਹੈ ਜਦੋਂ ਕਿ ਹੁਣ ਪੁਲਿਸ ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਸੂਬੇ ਭਰ ਵਿੱਚ ਡਾਕਟਰਾਂ ਦੀ ਹੜਤਾਲ ਹਸਪਤਾਲ ਜਾਣ ਤੋਂ ਪਹਿਲਾਂ ਜਾਣੋ ਇਹ ਖਬਰ ਤਾਂ ਦੋਸਤੋ ਪੰਜਵੀਂ ਬੰਗਾਲ ਕੋਲਕਾਤਾ ਰੇਪ ਕੇਸ ਦੇ ਵਿੱਚ ਆ ਮਹਿਲਾ ਡਾਕਟਰ ਦੇ ਨਾਲ ਜ਼ਬਰ ਜਨਾਹ ਅਤੇ ਕਤਲ ਦੇ ਵਿਰੁੱਧ ਵਿੱਚ ਪੰਜਾਬ ਦੇ ਡਾਕਟਰਾਂ ਨੇ ਅੱਜ 16 ਅਗਸਤ ਨੂੰ ਹੜਤਾਲ ਦਾ ਐਲਾਨ ਕੀਤਾ ਦੱਸਦੇ ਕਿ ਅੱਜ ਆ ਸਵੇਰ ਪਰਦੇ ਵਿੱਚ ਸਾਰੇ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਜਦਕਿ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਪੀਸੀਐਮਐਸਏ ਪੰਜਾਬ ਨੇ ਸਮੂਹਿਕ ਤੌਰ ਤੇ ਲਿਆ ਇਹ ਫੈਸਲਾ ਦੱਸਦੀ ਹੈ ਕਿ ਪੀਸੀਐਮਐਸਏ ਪੰਜਾਬ ਨੇ ਡਾਕਟਰਾਂ ਦੇ ਹੜਤਾਲ ਦਾ ਫੈਸਲਾ ਸਮੂਹਿਕ ਤੌਰ ਤੇ ਲਿਆ ਡਾਕਟਰਾਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਅੱਜ ਸਾਰੇ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਜਦਕਿ ਐਮਰਜੈਂਸੀ ਸਿਵਾਮਾ ਜਾਰੀ ਰਹਿਣ ਕਾ ਡਾਕਟਰਾਂ ਦੇ ਵੱਲੋਂ ਡਾਕਟਰਾਂ ਦੇ ਸਰਾਕਿਆਂ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਖੇਡਾਂ ਬਤਨਾ ਪੰਜਾਬ ਦੀਆਂ ਤਿੰਨ ਦੇ 28 ਅਗਸਤ ਤੋਂ ਹੋਵੇਗੀ ਸ਼ੁਰੂਆਤ। ਪੰਜਾਬ ਦੇ ਮੌਕਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਖੇਡਾਂ ਦੇ ਖੇਤਰ ਦੇ ਵਿੱਚ ਪੰਜਾਬ ਦੀ ਸ਼ਾਨ ਬਹਾਲ ਕਰਨ ਦੇ ਲਈ ਸਾਲ 2023 ਦੇ ਵਿੱਚ ਨਵੀਂ ਖੇਡ ਨੀਤੀ ਲਾਗੂ ਕੀਤੀ। ਉਹਨਾਂ ਨੇ ਕਿਹਾ ਹੈ ਕਿ ਸੂਬੇ ਦੇ ਖਿਡਾਰੀਆਂ ਨੇ ਪੈਰਾਸ اولمپਿਕਾਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਤੋਂ ਖੇਡਾਂ ਨਿਤੇ ਦੇ ਵਿਲੱਖਣਤਾ ਦਾ ਪਤਾ ਲੱਗਦਾ ਹੈ। ਉਹਨਾਂ ਨੇ ਕਹਿ ਕੇ ਬਹੁਤ ਮਾਣ ਵਾਲੀ ਗੱਲ ਹੈ ਕਿ ਹਾਕੀ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਵਿੱਚ ਦਾ ਖਿਡਾਰੀ ਪੰਜਾਬ ਦੇ ਉਨਤ ਇਸ ਮੌਕੇ ਮੁੱਖ ਮੰਤਰੀ ਨੇ ਖੇਡਾਂ ਵੱਤਨ ਪੰਜਾਬ ਦੀਆਂ ਤਿੰਨ 28 ਅਗਸਤ ਤੋਂ ਕਰਵਾਉਣ ਦਾ ਐਲਾਨ ਕੀਤਾ। ਜਿਸ ਦੇ ਨਾਲ ਸੂਬੇ ਪਾਰ ਦੇ ਵਿੱਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ। ਕਿਸਾਨਾਂ ਲਈ ਖੁਸ਼ਖਬਰੀ ਫਸਲਾਂ ਬੀਮੇ ਦੇ ਆਖਰੀ ਤਰੀਕ ਦੇ ਵਿੱਚ ਆਵਾਦਾਂ ਜਾਣੋ ਨਵੀਂ ਤਰੀਕ ਜੀ ਆਨ ਉਸ ਤੋਂ ਕਿਸਾਨ ਕ੍ਰੈਡਿਟ ਕਾਰਡ ਕੇ ਸੀ ਸੀ ਭਾਰਤ ਦੇ ਸਭ ਤੋਂ ਵਧੀਆ ਬੈਂਕਾਂ ਤੋਂ ਉਪਲਬਧ ਹੈ ਤਾਂ ਜੋ ਕਿਸਾਨ ਬੈਂਕ ਤੋਂ ਬਹੁਤ ਘੱਟ ਵਿਆਜ ਦਰਾਂ ਤੇ ਆਸਾਨੀ ਦੇ ਨਾਲ ਕਰਜ਼ਾ ਲੈ ਸਕਣ ਕੇ ਸੀ ਸੀ ਰੱਖਣ ਵਾਲੇ ਕਿਸਾਨਾਂ ਦੇ ਲਈ ਪ੍ਰਧਾਨ ਮੰਤਰੀ ਫਸਲਾਂ ਬੀਮਾ ਯੋਜਨਾ ਦੇ ਤਹਿਤ ਭਾਰਤ ਸਰਕਾਰ ਦੇ ਦੁਆਰਾ ਬੀਮਾ ਕਰਵਾਉਣਾ ਲਾਜ਼ਮੀ ਹੈ ਤਹਿ ਦੀ ਆਖਰੀ ਮਿਤੀ 25 ਅਗਸਤ 2024 ਤੱਕ ਵਧਾ ਦਿੱਤੀ ਗਈ ਹੈ। ਜਿਲ੍ਹਾ ਖੇਤੀਬਾੜੀ ਅਫਸਰ ਕਲਦੀਪ ਸਿੰਘ ਰਾਣਾ ਨੇ ਦੱਸਿਆ ਕਿ ਕੁਦਰਤੀ ਆਫਤਾਂ ਜਿਵੇਂ ਕਿ ਗੜੇ ਮਾਰੀ ਜ਼ਮੀਨਾਂ ਖਸਕਣਾ ਸੇਮਾ ਬੇਮੌਸਮੀ ਚੱਕਰਵਾਤ ਤੇ ਮੀਂਹ ਆਸਮਾਨ ਨੇ ਬੇਲੇ ਅਤੇ ਚੱਕਰਵਾਤੀ ਤੂਫਾਨ ਦੇ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਇਸ ਨੂੰ ਟੋਕਿਓ ਜਨਲ ਇੰਸ਼ੋਰੈਂਸ ਕੰਪਨੀ ਲਿਮਟਿਡ ਦੇ ਰਾਹੀਂ بیمੇ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਉਹਨਾਂ ਨੇ ਜ਼ਿਲ੍ਹੇ ਦੇ ਸਮੂਹ ਕੇ ਸੀ ਸਿੱਤਾਰਿਕ ਕਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਰਕਾਰ ਦੇ ਵੱਲੋਂ 25 ਅਗਸਤ 2024 ਤੱਕ ਵਿਧਾਏ ਗਏ ਸਮੇਂ ਤੱਕ ਬਰਤੂਬੱਦ ਆਪਣੀਆਂ ਫਸਲਾਂ ਦਾ ਬੀਮਾ ਆਪਣੇ ਨਦੀਕੀ ਖੇਤਰੀ ਬੈਂਕਾ ਸ਼ਾਖਾ ਜਿੱਤੋਂ ਤੁਹਾਡਾ ਕੇ ਸੀ ਸੀ ਕਾਰਡ ਜਾਰੀ ਕੀਤਾ ਜਾਂਦਾ ਰਹੀਂ ਕਰਵਾਇਆ ਜਾਵੇ ਕੀਤਾ ਜਾ ਸਕਦਾ ਤਾਂ ਜੋ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾ ਸਕੇ ਕਿਸਾਨ ਕ੍ਰੈਡਿਟ ਕਾਰਡ ਦੇ ਰਾਹੀਂ ਕਿਸਾਨਾਂ ਨੂੰ ਬਿਨਾਂ ਕਿਸੇ ਗਰੰਟੀ ਜਾਂ ਸੁਰੱਖਿਆ ਦੇ 1,60,000 ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ। ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦੇ ਲਈ ਕਿਸਾਨਾਂ ਨੂੰ ਨਿਯਤ ਕੀ ਬੈਂਕ ਦੇ ਵਿੱਚ ਜਾਣਾ ਪੈਂਦਾ ਜਿੱਥੇ ਇੱਕ ਅਰਜੀ ਫਾਰਮ ਦੇ ਲਈ ਪਛਾਣ ਪੱਤਰ, ਆਮਦਨ ਸਰਟੀਫਿਕੇਟ ਵਰਗੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਸਾਰੇ ਦਸਤਾਵੇਜ਼ਾਂ ਜਾਂ ਇਕੱਠੇ ਕਰਕੇ ਬੈਂਕ ਦੇ ਵਿੱਚ ਜਮ੍ਹਾਂ ਕਰਵਾਏ ਜਾਂਦੇ ਹਨ ਤੇ ਇਸ ਤੋਂ ਬਾਅਦ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਂਦੇ ਹਨ ਤੇ ਉਸ ਨੂੰ ਕੇਸੀਸੀ ਧਾਰਕ ਕਿਸਾਨ ਕਿਹਾ ਜਾਂਦਾ ਹੈ। ਪੰਚਾਇਤੀ ਚੋਣਾਂ ਦਾ ਵਜਾ ਵਿਗੜਾ ਨਵੰਬਰ ਦੇ ਪਹਿਲੇ ਹਫ਼ਤੇ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਫਸਰਾਂ ਨੂੰ ਜਾਰੀ ਕੀਤੇ ਇਹ ਹੁਕਮ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗੜਾ ਵਜਣ ਵਾਲਾ ਹੈ ਬੀਤੇ ਦਿਨ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਸੀ ਜਿਸ ਵਿੱਚ ਇਸ ਸਮੁਦੇਤੇ ਕਾਫੀ ਲੰਬੀ ਚਰਚਾ ਕੀਤੀ ਗਈ ਇਸ ਮੀਟਿੰਗ ਤੋਂ ਬਾਅਦ ਖਬਰ ਸਾਹਮਣੇ ਆ ਰਹੀ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ ਚੋਣਕ ਕਮਿਸ਼ਨ ਨੂੰ ਸਰਕਾਰ ਪ੍ਰਪੋਜ਼ਲ ਭੇਜਣ ਜਾਰੀ ਹੈ ਤੇ ਆਉਣ ਵਾਲੇ ਕੁਝ ਦਿਨਾਂ ਤੱਕ ਤਰੀਕਾਂ ਦਾ ਐਲਾਨ ਹੋਣ ਦੀ ਉਮੀਦ ਹੈ ਇਸ ਤੋਂ ਇਲਾਵਾ ਜਾਣਕਾਰੀ ਮਿਲੀ ਆ ਕਿ ਮੁੱਖ ਮੰਤਰੀ ਨੇ ਨਵੰਬਰ ਮਹੀਨੇ ਦੇ ਵਿੱਚ ਹੀ ਸਥਾਨਕ ਸਰਕਾਰਾਂ ਦਾ ਚੋਣ ਦਾ ਕੰਮ ਅਨਵੇੜਨ ਦੇ ਲਈ ਵੀ ਕਿਹਾ ਹੈ ਸਰਕਾਰ ਉਸ ਤੋਂ ਪਹਿਲਾਂ ਪਿੰਡਾਂ ਤੇ ਸ਼ਹਿਰ ਬਕਾਦਰ ਲਈ ਫੰਡ ਵੀ ਜਾਰੀ ਕਰੇਗੀ ਬੁਲੇਟ ਪ੍ਰੂਫਾ ਕੈਵਨ ਤੋਂ ਭਾਸ਼ਣ ਦੇ ਕੇ ਕਸੂਤੇ ਕਰੇ ਸੀਐਮ ਮਾਨ ਵਿਰੋਧੀਆਂ ਨੇ ਪੁੱਛਿਆ ਕਿ ਅਨ ਸੁਰੱਖਿਆ ਹੋ ਗਿਆ ਪੰਜਾਬ ਸਾਂ ਦੋਸਤ ਬੁਲੇਟ ਪ੍ਰੂਫ ਸ਼ੀਸ਼ੇ ਦੇ ਨਾਲ ਕਵਰ ਸਟੇਜ ਦੇ ਉੱਤੇ ਸ੍ਰੀਮਾ ਭਗਵਾਨਤ ਮਾਨ ਨੇ ਕੱਲ ਵੀਰਵਾਰ ਨੂੰ ਜਲੰਧਰ ਦੇ ਵਿੱਚ ਆਜ਼ਾਦੀ ਦਿਹਾੜੇ ਮੌਕੇ ਭਾਸ਼ਣ ਦਿੱਤਾ ਬੁਲੇਟ ਪ੍ਰੂਫ ਸ਼ੀਸ਼ੇ ਦੀ ਸਕਰੀਨ ਦੀ ਕੀਮਤ ਲਗਭਗ 16 ਲੱਖ ਰੁਪਏ ਦੱਸੀ ਜਾ ਰਹੀ ਹੈ ਇਸ ਨੂੰ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਨੇ ਸਮਾਗਮ ਤੋਂ ਪਹਿਲਾਂ ਖਰੀਦਿਆ ਸੀ ਇਸ ਨੂੰ ਲੈ ਕੇ ਹੁਣ ਆਰੋਧੀ ਤਰ੍ਹਾਂ ਦੇ ਵੱਲੋਂ ਮੁੱਖ ਮੰਤਰੀ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਕਾਂਗਰਸ ਦੇ ਹਲਕਾ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸੰਗਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਰੈਲੀਆਂ ਦੇ ਵਿੱਚ ਆ ਰੋਜ਼ਾਨਾ ਭਾਸ਼ਣਾ ਦੇਣ ਵਾਲੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਆਜ਼ਾਦੀ ਦਿਵਸ ਤੇ ਬੁਲੇਟ ਪ੍ਰੂਫ ਸਟੇਜ ਦੇ ਰਾਹੀਂ ਦੇਸ਼ ਭਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹਨ ਤੇ ਕੀ ਪੰਜਾਬ ਅਨਸੁਰੱਖਿਤ ਹੋ ਗਿਆ 70 ਸਾਲਾਂ ਵਿੱਚ ਇਹ ਬਦਲਾ ਵੀ ਪਹਿਲੀ ਵਾਰ ਹੋਇਆ ਹੈ ਇਸ ਤੋਂ ਇਲਾਵਾ ਕਾਂਗਰਸ ਦੇ ਆਦਮ ਪਰਤੋਪਦਾਇਕ ਸੁਖਜੰਦਰ ਸਿੰਘਾ ਕੋਟਲੀ ਨੇ ਕਹਿ ਕੇ ਪਹਿਲੀ ਵਾਰ ਕਿਸੇ ਪੰਜਾਬ ਦੇ ਮੁੱਖ ਮੰਤਰੀ ਨੇ ਆਜ਼ਾਦੀ ਦਿਵਸ ਤੇ ਬੁਲੇਟ ਪ੍ਰੂਫ ਆ ਕੈਵਨ ਦੇ ਵਿੱਚ ਆ ਭਾਸ਼ਣ ਦਿੱਤਾ ਜੇ ਮੁੱਖ ਮੰਤਰੀ ਜੀ ਸੁਰੱਖਤ ਨਹੀਂ ਹਨ ਫਿਰ ਆ ਬਾਕੀ ਗੱਲ ਛੱਡੋ ਸ਼ਾਇਦ ਹੁਣ ਭਗਵੰਤ ਮਾਨ ਜੀ ਨੂੰ ਮੁਰਗੀ ਖਾਣਾ ਖੋਲ ਲੈਣਾ ਚਾਹੀਦਾ ਹੈ ਅਗਲੀ ਖਬਰ ਹੁਣ ਪੰਜਾਬ ਦੇ ਵਿੱਚ ਆ ਇਹਨਾਂ ਵਾਹਣਾਂ ਨੂੰ ਚਲਾਉਣ ਦੇ ਲਈ ਦੇਣਾ ਪਵੇਗਾ ਐਕਸਟਰਾ ਟੈਕਸ ਆ ਪੰਜਾਬ ਮੰਤਰੀ ਮੰਡਲ ਨੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਰਾਜ ਦੇ ਬਾਯ ਤਿਆ ਰੈਸਟਰਾਡਾ ਪੁਰਾਣੇ ਟ੍ਰਾਂਸਪੋਰਟਾਂ ਨਾਨ ਟ੍ਰਾਂਸਪੋਰਟਾਂ ਵਾਹਨਾਂ ਤੇ ਗ੍ਰੀਨ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ ਦਰਅਸਲ 15 ਸਾਲ ਤੋਂ ਪੁਰਾਣੇ ਨਿੱਜੀ ਵਾਹਨਾਂ ਦੇ ਮਾਲਕਾਂ ਤੇ 8 ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਨੂੰ ਪੰਜਾਬ ਦੀਆਂ ਸੜਕਾਂ ਤੇ ਚਲਾਉਣ ਦੇ ਲਈ ਹੁਣ ਗ੍ਰੀਨ ਟੈਕਸ ਦੇਣਾ ਪਵੇਗਾ ਸੂਤਰਾਂ ਦੇ ਅਨੁਸਾਰ ਇਸ ਕਦਮ ਦਾ ਉਦੇਸ਼ ਵਾਹਨ ਮਾਲਕਾਂ ਨੂੰ ਆਪਣੇ ਪੁਰਾਣੇ ਵਾਹਨਾਂ ਨੂੰ ਸਹਿਬੇ ਇੱਛਾ ਅਧ ਨਾਲ ਸਕ੍ਰੈਪ ਕਾਰਨਦਲੇ ਉਤੇ ਸ਼ਾਹਿਤਾ ਕਰਨਾ ਕਿਉਂਕਿ ਸਰਕਾਰ ਨੇ ਹਜੇ ਤੱਕ ਰਾਜ ਦੇ ਵਿੱਚ ਇਹਨਾਂ ਵਾਹਨਾਂ ਦੇ ਵਰਤੋਂ ਤੇ ਪਾਬੰਦੀ ਨਹੀਂ ਲਗਾਈ ਹੈ। ਅਗੈਰਾ ਵਪਾਰਕ ਦਾਹਨਾਂ ਦੇ ਲਈ ਸਲਾਨਾ ਗ੍ਰੀਨ ਟੈਕਸਾ ਹੈਠਾ ਲੈ ਕੇ ਅਨੁਸਾਰ ਹੋਵੇਗਾ ਦਪਈਆ ਵਾਹਨ 500 ਰੁਪਏ ਪੈਟਰੋਲਾ ਵਾਹਨ 1500 ਸੀਸੀ ਤੋਂ ਘੱਟ 3000 ਰੁਪਏ ਡੀਜ਼ਲਾ ਵਾਹਨ 1500 ਸੀਸੀ ਤੋਂ ਘੱਟ 4000 ਰੁਪਏ ਪੈਟਰੋਲਾ ਵਾਹਨ 1500 ਸੀਸੀ ਤੋਂ ਘੱਟ 4000 ਰੁਪਏ ਬੀਜਲਾ ਬਾਹਨਾ 1500 ਸੀਸੀ ਤੋਂ ਘਟ 6000 ਰੁਪਏ ਹੋਣਗੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਨੇ ਵਧਾਈਆਂ ਗਈਆਂ ਪੈਨਸ਼ਨਾਂ ਦੇ ਸਬੰਧਿਤ ਦਿੱਤੀ ਜਾਣਕਾਰੀ ਇਹਨਾਂ ਨੂੰ ਹੋਇਆ ਲਾਭ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਸਵਤੰਤਰਤਾ ਸਨਾਨਾਂਗਾ ਤੇ ਰੱਖਿਆ ਸੇਵਾਵਾਂ ਮੰਤਰੀ ਚੇਤਨ ਸਿੰਘ ਜੋੜਾ ਮਾਇਰਾ ਨੇ ਭਾਰਤ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਮਾਨਸਾ ਵਿਖੇ ਕੌਮੀ ਝੰਡਾ ਲਹਿਰਾਇਆ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਅਤੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਅਹਿਦ ਲਿਆ ਜਿਲ੍ਹਾ ਪੱਤਰੀ ਸੁਤੰਤਰਤਾ ਦਿਵਸ ਸਮਾਰੋਹ ਦੇ ਦੌਰਾਨ ਕੈਬਨਟ ਮੰਤਰੀ ਨੇ ਕਹਿ ਕੇ ਪੰਜਾਬੀਆਂ ਦੇ ਵੱਲੋਂ ਦੇਖਦੇ ਆਜ਼ਾਦੀ ਸੰਗਰਾਮ ਦੇ ਦੌਰਾਨ ਦਿੱਤੀਆਂ ਗਈਆਂ ਅਥਾਹ ਕੁਰਬਾਨੀਆਂ ਸਾਡੇ ਸਾਰਿਆਂ ਤੇ ਲਈ ਹਮੇਸ਼ਾ ਮਾਣ ਅਤੇ ਪ੍ਰੇਰਨਾ ਸਰੋਤ ਬਣਿਆ ਰਹਿਣੀਆਂ ਤੇ ਉਹਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਫੌਜੀਆਂ ਸ਼ਹੀਦਾਂ ਦੇ ਪਰਿਵਾਰਾਂ ਤੇ ਸਾਬਕਾ ਸੈਨਿਕਾਂ ਦੇ ਭਲਾਈ ਦੇ ਲਈ ਵਚਨਬੱਧ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਜ਼ਾਦੀ ਸੰਗਰਾਮੀਆਂ ਦੇ ਪ੍ਰਤੀ ਆਪਣੇ ਸਤਿਕਾਰ ਦੇ ਸਨਮੱਖ ਸੁਭੇ ਦੇ ਆਜ਼ਾਦੀ ਕੁਲਾਟੀਆਂ ਜਾਂ ਉਹਨਾਂ ਦੇ ਬਾਰਸ਼ ਨੂੰ ਮਿਲਦੀ ਪੈਨਸ਼ਨ 9400 ਰੁਪਏ ਤੋਂ ਵਧਾ ਕੇ 11000 ਰੁਪਏ ਕਰ ਦਿੱਤੀ ਗਈ ਹੈ।